ਬਾਪੂ ਜੀ ਕੱਲ ਤਕਾਲੀ ਫੌਜ ਨੇ ਪਿੰਡ ਖਾਲੀ ਕਰਨ ਦਾ ਹੁਕਮ ਕਰਤਾ ਹੈ। ਸਾਨੂੰ ਦੋਵਾਂ ਜੀਆਂ ਨੂੰ ਹੋਰ ਕੁਝ ਸੋਚਿਆ ਨਹੀਂ, ਅਸੀਂ ਝੋਲਾ ਚੁੱਕਿਆ ਤੇ ਤੁਹਾਡੇ ਕੋਲ ਆ ਗਏ। ਉਹ ਤੁਹਾਡਾ ਆਪਣਾ ਘਰ ਹੈ, ਦੇਰ ਆਓ ਚਾਹੇ ਸਵੇਰ ਆਓ। ਮੈਨੂੰ ਚੰਗਾ ਜਾਂ ਨਹੀਂ ਲੱਗ ਰਿਹਾ। ਬੇਬੇ ਬਾਪੂ ਜੀ ਕੀ ਸੋਚਣਗੇ? ਕੁਝ ਨਹੀਂ, ਬਸ ਇਹੀ ਕਿ ਢੋਲ ਸਾਡੇ ਘਰ ਦਾ ਜਵਾਈ ਹੈ। ਸਿਰ ਤੇ ਚੜਿਆ ਇਸ਼ਕ ਦਾ ਜਨੂਨ ਸਿਰੇ ਤਾਂ ਚੜ ਜਾਂਦਾ, ਪਰ ਬਲੀ ਦੇਣੀ ਪੈਂਦੀ ਹੈ। ਗੁਜਰ ਉਹਨਾਂ ਬੰਦਿਆਂ ਨਾਲ ਗੂੜੀ ਯਾਰੀ ਪਾਉਂਦਾ ਏ ਜਿਹੜੇ ਯਾਰੀ ਦੇ ਕਾਬਲ ਹੋਣ। ਉਹ ਕਦੀ ਵਰਦੀਆਂ ਛਵੀਆਂ 'ਚ ਯਾਦ ਕਰੀ ਸੱਜਣਾ ਨੂੰ, ਜੇ ਪੱਥਰਾਂ ਦੀ ਹਿੱਕ ਪਾੜ ਕੇ ਤੇਰੇ ਸਾਹਮਣੇ ਨਾ ਆਣ ਖਲੋਇਆ ਤੇ ਮੈਨੂੰ ਢੋਲਣ ਜੱਟ ਕੇ ਨੇ ਆਖਣਾ। ਗੁੱਜਰ ਨੂੰ ਮੇਰਾ ਪਰਿਵਾਰ ਨਫ਼ਰਤ ਕਰਦਾ ਹੈ, ਨਫ਼ਰਤ। ਤੁਸੀਂ ਗੁੱਜਰ ਨਾਲ ਦਾਰੂ ਵਿੱਚ ਤਾਰੀਆਂ ਲਾ ਰਹੇ ਹੋ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੁੰਦੇ ਐ ਤੇ ਖਾਣ ਵਾਲੇ ਹੋਰ। ਪੈਰਾਂ ਦੀ ਜੁੱਤੀ ਪੈਰਾਂ 'ਚ ਚੰਗੀ ਲੱਗਦੀ ਏ, ਜੇ ਇਹਨੂੰ ਹੱਥਾਂ 'ਚ ਫੜ ਲਈਏ ਨਾ ਉਹ ਫੜਾਕ ਕਰਦੀ ਏ। ਸੰਭਾਲ ਕੇ ਗੱਲ ਕਰ। ਮੇਰੇ ਤੋਂ ਕੀ ਗੁਨਾਹ ਹੋ ਗਿਆ? ਰੱਬ ਮੈਨੂੰ ਇੰਨੀ ਵੱਡੀ ਸਜ਼ਾ ਕਿਉਂ ਦੇ ਰਿਹਾ? ਦੁੱਖ ਰੋ ਰੋ ਕੇ ਦੱਸੋ ਮੇਰੇ ਅੱਜ ਇਸ ਟੁੱਟੇ ਦਿਲ ਨੂੰ ਸਕੂਨ ਮਿਲਿਆ ਹੈ ਰੱਤੀ ਦਾ ਘਰ ਉੱਜੜਦਾ ਵੇਖ ਕੇ। ਤੁਸੀਂ ਵੀ ਮੈਨੂੰ ਗਲਤ ਕਹਿਣ ਦੇ? ਉਹ ਤੂੰ ਰੱਬ ਆ ਯਾਰ, ਜਿਹੜਾ ਤੂੰ ਗਲਤ ਨਹੀਂ ਹੋ ਸਕਦਾ। ਸਵਰਗ ਵਰਗਾ ਘਰ ਨਰਕ ਬੰਦਾ ਜਾ ਰਿਹਾ।